ਭਾਈ ਸਰਬਜੀਤ ਸਿੰਘ ਕਥਾਵਾਚਕ ਜਿਹੜਾ ਦੇਸ਼ ਵਿਦੇਸ਼ਾਂ ਵਿੱਚ ਕਥਾ ਕਰ ਰਿਹਾ ਉਹਦੇ ਬਾਰੇ ਵੀ ਕੋਈ ਕਿੰਤੂ ਪਰੰਤੂ ਸਾਡੇ ਜਹੇਦਾਰ ਮਾਨਯੋਗ ਅਮਰਪਾਲ ਸਿੰਘ ਜੀ ਨੇ ਕੀਤੀ ਆ ਜੋ ਪਿੰਡ ਵਸਿਆ ਨੇ ਚੰਗਾ ਨਹੀਂ ਮਨਾਇਆ ਕਿਉਂਕਿ ਉਹ ਬੜਾ ਤਗੜਾ ਕਥਾਵਾਚਕ ਆ ਬਹੁਤ ਖੋਜ ਕੀਤੀ ਉਹਨਾਂ ਨੇ ਬਹੁਤ ਕਿਤਾਬਾਂ ਪੜ੍ਹੀਆਂ ਵਾਂ ਗ੍ਰੰਥ ਬਹੁਤ ਤਸਦੀਕ ਕੀਤੀ ਸਾਰਿਆਂ ਤੋਂ ਤੇ ਉਹਦੇ ਬਾਰੇ ਅਮਰ ਸੰਚਾਰ ਬਾਰੇ ਉਹਨਾਂ ਨੇ ਬਹੁਤ ਹਿੱਸਾ ਪਾਇਆ ਨਾਲ ਲੰਗਰ 'ਚ ਉਹਨਾਂ ਦੇ ਪਰਿਵਾਰ ਨੇ ਬੜਾ ਤਕੜਾ ਹਿੱਸਾ ਪਾਇਆ ਜਿੱਥੋਂ ਤੱਕ ਗਰਬਾਣੀ ਦਾ ਸਬੰਧ ਆ ਉਹਨਾਂ ਨੇ ਬਹੁਤ ਖੋਜ ਕੀਤੀ ਆ ਥਾਰੀ ਬਹੁਤ ਉਹਨਾਂ ਦਾ ਮਾਣਤਾ ਨਾ ਜਿਹੜਾ ਉਹ ਉਹਨਾਂ ਨੇ ਕੋਈ ਉਹਨਾਂ ਤੇ ਤਰਕ ਕੀਤਾ ਵਾ ਜੋੜਾ ਨਹੀਂ ਕਰਨਾ ਚਾਹੀਦਾ ਅਸੀਂ ਅਮਰਪਾਲ ਸਿੰਘ ਨੂੰ ਬਹੁਤ ਬੇਨਤੀ ਕਰਦੇ ਆ ਕਿ ਇਹੋ ਜੀ ਟੀਕਾ ਟਿੱਪਣੀ ਜਿਹੜੀ ਆ ਉਹ ਅੱਗੇ ਤੋਂ ਨਹੀਂ ਕਰਨੀ ਕਿਸੇ ਦੇ ਵੀ ਬਾਕੀ ਜਿੱਥੋਂ ਤੱਕ ਸਾਨੂੰ ਪਿੰਡ ਵਾਸੀਆਂ ਨੂੰ ਇਹ ਹੋਇਆ ਭਾਈ ਅਮਰਪਾਲ ਸਿੰਘ ਜੀ ਨੇ ਆਏ ਸੀ ਜਦੋਂ ਵੀ ਆਏ ਉਹਨਾਂ ਨੇ ਪਹਿਲਾਂ ਤੇ ਸਾਡੀ ਜਿਹੜੀ ਪ੍ਰਬੰਧਕ ਕਮੇਟੀ ਆ ਜਿਨ੍ਹਾਂ ਨੇ ਲੰਗਰ ਦਾ ਪ੍ਰਬੰਧ ਕੀਤਾ ਉਹਨਾਂ ਦੇ ਨਾਲ ਸੰਪਰਕ ਕਰਨਾ ਚਾਹੀਦਾ ਹੈ ਪਰ ਜਨਤਾ ਹੀ ਇਹੋ ਜੀ ਜਿਹੜੀ ਘੇਰੀ ਫਿਰਦੀ ਚਾਰ ਫੇਰੇ ਜਿਨ੍ਹਾਂ ਨੂੰ ਇੱਥੇ ਤੱਕ ਕੌਣ ਨਹੀਂ ਦਿੰਦਾ ਪਰ ਉਹਨਾਂ ਨੂੰ ਆਪ ਹੀ ਗੋਮੀ ਜਿੱਦੇ ਵੀ ਉਹਨਾਂ ਨੇ ਪੜਾ ਕਰਨੇ ਆ ਉਹਨਾਂ ਨੂੰ ਅਸੀਂ ਤੇ ਇੱਕ ਬੇਨਤੀ ਕਰਾਂਗੇ ਕਿ ਇਹ ਪ੍ਰਬੰਧਕ ਕਮੇਟੀ ਦੇ ਨਾਲ ਜਾ ਕੇ ਮਿਲਿਆ ਜਾਵੇ ਪਿੰਡ ਦੀ ਪੰਚਾਇਤ ਨੂੰ ਮਿਲਿਆ ਜਾਵੇ ਉਨ੍ਹਾਂ ਦੇ ਨਾਲ ਸਹਿਯੋਗ ਲੈ ਕੇ ਤੇ ਕੰਮ ਕੀਤੇ ਜਾਣ ਜਿਹੜੀ ਉਹਨਾਂ ਦੇ ਨਾਲ ਹੋਰ ਜਨਤਾ ਸੰਸਥਾ ਦੇ ਨਾਲ ਆਈ ਆ ਉਹਨਾਂ ਬਾਰੇ ਵੀ ਮਗਰੋਂ ਕਿੰਤੂ ਬਹੁਤ ਹੰਧਾਰਿਆ ਜੋ ਵੀ ਉਹਨਾਂ ਨੇ ਕੀਤੇ ਆ ਉਹਨਾਂ ਦੀ ਵੀ ਭਾਈ ਅਮਰਪਾਲ ਸਿੰਘ ਨੂੰ ਬੇਨਤੀ ਆ ਕਿ ਉਹਨਾਂ ਦੀ ਕਲਾਸ ਲਾ ਕੇ ਜੋ ਵੀ ਤਰੁੱਟੀਆਂ ਉਹਨਾਂ ਦੇ ਵਿੱਚ ਆਈਆਂ ਕੋ ਨਿਹੰਗ ਸਿੰਘਾਂ ਨੇ ਬਹੁਤ ਇੱਥੇ ਗਲਤ ਕੰਮ ਕੀਤੇ ਦਵਾਨ ਦੇ ਵਿੱਚ ਨਸ਼ੇ ਪੱਤੇ ਵੀ ਕਰਦੇ ਰਹੇ ਆ ਉਹਨੇ ਅੰਗਸੋਂ ਤੇ ਉਹਨਾਂ ਬਾਰੇ ਵੀ ਇਹ ਖਾਸ ਖਿਆਲ ਰੱਖਣਾ ਤੇ ਉਹਨਾਂ ਦਾ ਵੀ ਆ ਕੇ ਧਿਆਨ ਰੱਖ ਕੇ ਤੇ ਉਹਨਾਂ ਨੂੰ ਗਾਂ ਸੇਧ ਦੇਣਾ ਪਰ ਅਹੀਂ ਅਮਰਪਾਲ ਸਿੰਘ ਨੂੰ ਜੀ ਆਇਆਂ ਕਿਹਾ ਅੱਗੇ ਵੀ ਕਿਹਾ ਹੁਣ ਵੀ ਕਹਿੰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੀ ਆਈ ਸੰਗਤ ਆ ਇੱਥੇ ਮੈਂ ਤਹਿ ਦਿਲੋਂ ਧੰਨਵਾਦੀ ਸਾਰੀ ਸੰਗਤ ਦਾ ਜਿਹੜੀ ਆ ਕੇ ਵਿਚਾਰ ਸਾਂਝੇ ਕਰਨ ਲੱਗੇ ਆ ਪੱਤਰਕਾਰਾਂ ਨਾਲ ਸਾਡੇ ਮੈਂ ਸਵਰਨ ਸਿੰਘ ਸਰਪੰਚ ਪਿੰਡ ਤੁੰਦਾ ਮੌਜੂਦਾ ਸਰਪੰਚ ਆ ਸਾਡੇ ਪਿੰਡ ਭਾਈ ਅਮਰਪਾਲ ਸਿੰਘ ਜੀ ਆਇਆ ਜਿਸ ਬਾਰੇ ਸਾਡੇ ਇਲਾਕੇ ਨੂੰ ਸਾਡੇ ਪਿੰਡ ਨੂੰ ਬਹੁਤ ਖੁਸ਼ੀ ਹੋਈ ਬਹੁਤ ਤਨਮਨ ਧੰਦੇ ਨਾਲ ਸੀ ਉਹਨਾਂ ਦਾ ਸਵਾਗਤ ਕੀਤਾ ਇੱਕ ਸਿੱਖ ਕੌਮ ਨੂੰ 84 ਤੋਂ ਬਾਅਦ ਜੋ ਲੀਡਰ ਮਿਲਿਆ ਜੋ ਆਸਵਾ ਕਿ ਭਾਈ ਅਮਰਪਾਲ ਸਿੰਘ ਜੀ ਸੰਤਾਂ ਤੋਂ ਬਾਅਦ ਜਿਹੜੀ ਆ ਸਿੱਖ ਕੌਮ ਨੂੰ ਬੜੀ ਤਗੜੀ ਸੇਧ ਦੇ ਰਿਹਾ ਖੁਸ਼ੀ ਵੀ ਆ ਥਾਂ ਥਾਂ ਜਾ ਰਹੇ ਅਮਰ ਸੰਚਾਰ ਕਰਾ ਰਹੇ ਅਮਰਸ਼ਕਾ ਰਹੇ ਆ અમૃત ਨਾਲ ਜਿਹੜੀ ਆ ਵਿਗੜੀ ਜਨਤਾ ਜਾਂ ਬੱਚੇ ਵਿਗੜੇ ਆ ਉਹ ਟਾਈਮ ਤੇ ਸਿੱਖ ਕੌਮ ਦਾ ਜਿਹੜਾ ਉਹ ਲੜਫੜ ਕੇ ਤੁਰ ਰਹੇ ਆ ਇਹਦੇ ਬਾਰੇ ਕੁਝ ਜਿਹੜੇ ਆਏ ਇੱਥੇ ਇਕੱਠ ਹੋਇਆ ਤਿੰਨ ਦਿਨ ਵਾਸਤੇ 150 અમૃત ਪ੍ਰਚਾਰ ਹੋਇਆ 150 ਪ੍ਰਾਣੀ ਨੇ અમૃત ਛਕਿਆ ਜਿਸ ਵਿੱਚ ਬੜਾ ਤਕੜਾ ਹੰਗਾਰਾ ਮਿਲਿਆ ਪਿੰਡ ਚ ਨਸ਼ਿਆਂ ਦੇ ਵੀ ਨਹੀਂ ਬਾਕੀ ਜਿੱਥੋਂ ਤੱਕ ਨਸ਼ਿਆਂ ਦਾ ਸਬੰਧ ਆ ਸਾਡੇ ਪਿੰਡ ਚ ਸਮੇਂ-ਸਮੇਂ 'ਚ ਸੇਰ ਨਸ਼ੇ ਛਡਾਉਣ ਬਾਰੇ ਬੜੇ ਉਪਰਾਲੇ ਕੀਤੇ ਗਏ ਆ ਕੈਂਪ ਲੱਗਦੇ ਰਹੇ ਆ ਤੇ ਜਿਹਦੇ ਵਿੱਚ ਪਿੰਡ ਨੇ ਬੜਾ ਤਕੜਾ ਸੰਯੋਗ ਦਿੱਤਾ ਜਿੰਨੇ ਵੀ ਅਮਲੀ ਸੀਗੇ ਉਹਨਾਂ ਨੂੰ ਕੋਈ ਪੈਸੇ ਵੀ ਦਿੰਦੇ ਰਹੇ ਆ ਉਹਨਾਂ ਦਾ ਨਸ਼ਾ ਛਡਾਉਣ ਬਾਰੇ ਕਰਦੇ ਵੀ ਰਹੇ ਆ ਸਾਡੇ ਕਥਾਵਾਚਕ ਭਾਈ ਸਰਬਜੀਤ ਸਿੰਘ ਨੇ 88 ਕਿਲੋ 90 ਕਿਲੋ ਘਿਓ ਲੈ ਕੇ ਦਿੱਤਾ ਇਹਨਾਂ ਸਾਰਿਆਂ ਨੂੰ ਜਿਹੜੇ ਨਸ਼ੇ ਛੱਡਨੇ ਆ ਪਰ ਇਹਨਾਂ ਦੀ ਸੁਸਾਇਟੀ ਇਹੋ ਜੀ ਆ ਉਹ ਫੇਰ ਉੱਥੇ ਦੇ ਉੱਥੇ ਆ ਗਏ ਬਾਕੀ ਜਿੱਥੋਂ ਤੱਕ ਕੌਮ ਦਾ ਅਸਾਈ ਦਾ ਬਣ ਦਾ ਪ੍ਰੋਗਰਾਮ ਸਾਡੇ ਪਿੰਡ ਚ ਕੋ ਖਾਸ ਨਹੀਂ ਕੋਈ ਇੱਕ ਅੱਧਾ ਪਰ ਘਰ ਪਾਵੇਂ ਕੋਈ ਸਿੱਖੀ ਤੋਂ ਮੁਨਕਰ ਹੋ ਕੇ ਇਹੋ ਜੀ ਸੰਸਥਾ ਦਾ ਲੜਫੜਿਆ ਹੋਵੇ ਸਾਡੇ ਇੱਕ ਪਿੰਡ ਤਿੰਨ ਗੁਰਦੁਆਰੇ ਆ ਬੜਾ ਤਕੜਾ ਸਿੱਖੀ ਦਾ ਪ੍ਰਚਾਰ ਵਾ ਭਾਈ ਸਰਬਜੀਤ ਸਿੰਘ ਕਥਾਵਾਚਕ ਜਿਹੜਾ ਦੇਸ਼ ਵਿਦੇਸ਼ਾਂ ਵਿੱਚ ਕਥਾ ਕਰ ਰਿਹਾ ਉਹਦੇ ਬਾਰੇ ਵੀ ਕੋਈ ਕਿੰਤੂ ਪਰੰਤੂ ਸਾਡੇ ਜ਼ਹੀਦਾਰ ਮਾਨਯੋਗ ਅਮਰਪਾਲ ਸਿੰਘ ਜੀ ਨੇ ਕੀਤੀ ਆ ਜੋ ਪਿੰਡ ਨਾਸਿਆ ਨੇ ਚੰਗਾ ਨਹੀਂ ਮਨਾਇਆ ਕਿਉਂਕਿ ਉਹ ਬੜਾ ਤਕੜਾ ਕਥਾਵਾਚਕ ਆ ਬਹੁਤ ਖੋਜ ਕੀਤੀ ਉਹਨਾਂ ਨੇ ਬਹੁਤ ਕਿਤਾਬਾਂ ਪੜ੍ਹੀਆਂ ਵਾ ਗ੍ਰੰਥ ਬਹੁਤ ਤਸਦੀਕ ਕੀਤੀ ਸਾਰਿਆਂ ਤੋਂ ਤੇ ਉਹਦੇ ਬਾਰੇ ਅਮਰ ਸੰਚਾਰ ਬਾਰੇ ਉਹਨਾਂ ਨੇ ਬਹੁਤ ਹਿੱਸਾ ਪਾਇਆ ਨਾਲ ਲੰਗਰ 'ਚ ਉਹਨਾਂ ਦੇ ਪਰਿਵਾਰ ਨੇ ਬੜਾ ਤਕੜਾ ਹਿੱਸਾ ਪਾਇਆ ਜਿੱਥੋਂ ਤੱਕ ਗੁਰਬਾਣੀ ਦਾ ਸੰਬੰਧ ਆ ਉਹਨਾਂ ਨੇ ਬਹੁਤ ਖੋਜ ਕੀਤੀ ਆ ਥਾਰੀ ਬਹੁਤ ਉਹਨਾਂ ਦਾ ਮਾਣਤਾਣਾ ਜਿਹੜਾ ਉਹ ਉਹਨਾਂ ਨੇ ਕੋਈ ਉਹਨਾਂ ਤੇ ਤਰਕ ਕੀਤਾ ਵਾ ਜੋੜਾ ਨਹੀਂ ਕਰਨਾ ਚਾਹੀਦਾ ਅਸੀਂ ਅਮਰਪਾਲ ਸਿੰਘ ਨੂੰ ਬਹੁਤ ਬੇਨਤੀ ਕਰਦੇ ਆਂ ਕਿ ਇਹੋ ਜੀ ਟੀਕਾ ਟਿੱਪਣੀ ਜਿਹੜੀ ਆ ਉਹ ਅੱਗੇ ਤੋਂ ਨਹੀਂ ਕਰਨੀ ਕਿਸੇ ਦੇ ਵੀ ਬਾਕੀ ਜਿੱਥੋਂ ਤੱਕ ਸਾਨੂੰ ਪਿੰਡ ਵਾਸੀਆਂ ਨੂੰ ਇਹ ਹੋਇਆ ਭਾਈ ਅਮਰਪਾਲ ਸਿੰਘ ਜੀ ਨੇ ਆਏ ਸੀ ਜਦੋਂ ਵੀ ਆਏ ਉਹਨਾਂ ਨੇ ਪਹਿਲਾਂ ਤੇ ਸਾਡੀ ਜਿਹੜੀ ਪ੍ਰਬੰਧਕ ਕਮੇਟੀ ਆ ਜਿਨ੍ਹਾਂ ਨੇ ਲੰਗਰ ਦਾ ਪ੍ਰਬੰਧ ਕੀਤਾ ਉਹਨਾਂ ਦੇ ਨਾਲ ਸੰਪਰਕ ਕਰਨਾ ਚਾਹੀਦਾ ਪਰ ਜਨਤਾ ਹੀ ਇਹੋ ਜੀ ਜਿਹੜੀ ਘੇਰੀ ਫਿਰਦੀ ਚਾਰ ਫੇਰੇ ਜਿਨ੍ਹਾਂ ਨੂੰ ਇੱਥੇ ਤੱਕ ਕੌਣ ਨਹੀਂ ਦਿੱਤਾ ਪਰ ਉਹਨਾਂ ਨੂੰ ਆਪ ਹੀ ਅੱਗੋਂ ਵੀ ਜਿੱਦੇ ਵੀ ਉਹਨਾਂ ਨੇ ਪੜਾ ਕਰਨੇ ਆ ਉਹਨਾਂ ਨੂੰ ਅਸੀਂ ਤੇ ਇੱਕ ਬੇਨਤੀ ਕਰਾਂਗੇ ਕਿ ਇਹ ਪ੍ਰਬੰਧਕ ਕਮੇਟੀ ਦੇ ਨਾਲ ਜਾ ਕੇ ਮਿਲਿਆ ਜਾਵੇ ਪਿੰਡ ਦੀ ਪੰਚਾਇਤ ਨੂੰ ਮਿਲਿਆ ਜਾਵੇ ਉਹਨਾਂ ਦੇ ਨਾਲ ਸਹਿਯੋਗ ਲੈ ਕੇ ਤੇ ਇਹ ਕੰਮ ਕੀਤੇ ਜਾਣ ਜਿਹੜੀ ਉਹਨਾਂ ਦੇ ਨਾਲ ਹੋਰ ਜਨਤਾ ਸੰਸਥਾ ਦੇ ਨਾਲ ਆਈ ਆ ਉਹਨਾਂ ਬਾਰੇ ਵੀ ਮਗਰੋਂ ਕਿੰਤੂ ਬਹੁਤ ਹੰਧਾਰਿਆ ਜੋ ਵੀ ਉਹਨਾਂ ਨੇ ਕੀਤੇ ਆ ਉਹਨਾਂ ਦੀ ਵੀ ਭਾਈ ਅਮਰਪਾਲ ਸਿੰਘ ਨੂੰ ਬੇਨਤੀ ਆ ਕਿ ਉਹਨਾਂ ਦੀ ਕਲਾਸ ਲਾ ਕੇ ਜੋ ਵੀ ਤਰੁੱਟੀਆਂ ਉਹਨਾਂ ਦੇ ਵਿੱਚ ਆਈਆਂ ਕੋ ਨਿਹੰਗ ਸਿੰਘਾਂ ਨੇ ਬਹੁਤ ਇੱਥੇ ਗਲਤ ਕੰਮ ਕੀਤੇ ਦਵਾਨ ਦੇ ਵਿੱਚ ਨਸ਼ੇ ਪੱਤੇ ਵੀ ਕਰਦੇ ਰਹੇ ਆ ਉਹਨੇ ਅੰਗਸੋਂ ਤੇ ਉਹਨਾਂ ਬਾਰੇ ਵੀ ਇਹ ਖਾਸ ਖਿਆਲ ਰੱਖਣਾ ਤੇ ਉਹਨਾਂ ਦਾ ਵੀ ਆ ਕੇ ਧਿਆਨ ਰੱਖ ਕੇ ਤੇ ਉਹਨਾਂ ਨੂੰ ਗਾਂ ਸੇਧ ਦੇਣਾ ਪਰ ਅਹੀਂ ਅਮਰਪਾਲ ਸਿੰਘ ਨੂੰ ਜੀ ਆਇਆਂ ਕਿਹਾ ਅੱਗੇ ਵੀ ਕਿਹਾ ਹੁਣ ਵੀ ਕਹਿੰਦੇ ਆ ਤੇ ਜਿਹੜਾ ਪ੍ਰਚਾਰ ਸਿੱਖ ਕੌਮ ਦੇ ਨਾਲ ਜੋੜ ਰਿਹਾ ਬਹੁਤ ਵਧੀਆ ਜਿਹੜਾ ਇੱਕ ਉਪਰਾਲਾ ਹੋ ਰਿਹਾ ਸਿੱਖ ਕੌਮ ਨੂੰ ਬਹੁਤ ਵਧੀਆ ਲੀਡਰ ਮਿਲਿਆ ਤੇ ਇਹਦੇ ਨਾਲ ਅਸੀਂ ਪਿੰਡ 'ਚ ਜਿਹੜਾ ਥੋੜਾ ਬਹੁਤਾ ਤਰਕਸ਼ੀਲ ਤਰਕ ਕੀਤਾ ਇਹਦੇ ਬਾਰੇ ਭਾਈ ਸਰਬਜੀਤ ਸਿੰਘ ਬਾਰੇ ਉਹ ਇੱਕ ਬਹੁਤ ਤਗੜੇ ਕਥਾਵਾਚਕ ਤੇ ਬਹੁਤ ਤਗੜੇ ਲੀਡਰ ਤੇ ਬਹੁਤ ਖੋਜ ਜਿਹੜੀਆਂ ਬਾਹਰਲੇ ਦੇਸ਼ਾਂ ਤੱਕ ਜਾ ਕੇ ਉਹਨਾਂ ਦੇ ਕੰਮ ਚੱਲ ਰਿਹਾ ਵਾ ਮੈਂ ਹੀ ਇਹ ਬੇਨਤੀ ਜ਼ਰੂਰ ਕਰਾਂਗੇ ਪੀ ਅੱਗੇ ਵਾਸਤੇ ਜਿਹੜੇ ਆ ਜੋ ਅਸੀਂ ਨਹੀਂ ਬੇਨਤੀ ਕੀਤੀ ਆ ਭਾਈ ਅਮਰਪਾਲ ਸਿੰਘ ਨੂੰ ਪੀ ਇਹਨਾਂ ਬਾਰੇ ਖਾਸ ਖਿਆਲ ਰੱਖਿਆ ਜਾਵੇ ਇਹ ਆਉਣ ਵਾਲੇ ਸਮੇਂ ਚ ਆਉਣ ਵਾਲੇ ਜਗ੍ਹਾ ਤੇ ਜਾ ਕੇ ਇਹੋ ਜੀ ਕੋਈ ਗਲਤੀ ਨਾ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਸਵੰਤ ਸਿੰਘ ਪਿੰਡ ਧੁੰਦਾ ਜਿੱਦਾਂ ਕਿ ਸਪੈਸਰ ਸਾਹਿਬ ਜੀ ਨੇ ਦੱਸਿਆ ਕਿ ਹੁਣੇ ਕਿ ਸਾਡੇ ਪਿੰਡ ਦੇ ਵਿੱਚ ਅਮਰਪਾਲ ਸਿੰਘ ਜੀ ਆਏ ਸੀਗੇ ਤੇ ਉਹਨਾਂ ਨੇ ਬਹੁਤ ਵਧੀਆ ਆਪਣਲਾ ਕੀਤਾ ਕਿ ਸੰਤਾਂ ਨੂੰ ਜਦੋਂ ਅੰਮ੍ਰਿਤ ਛਕਾਉਣ ਤੇ ਆਏ ਆ ਤੇ ਇੱਕ ਸਿੱਖ ਕੌਮ ਨੂੰ ਬਹੁਤ ਵਧੀਆ ਸਹਿਦ ਮਿਲਦੀ ਆ ਨੌਜਵਾਨ ਪੀੜ੍ਹੀ ਨੂੰ ਵੀ ਅੰਮ੍ਰਿਤ ਛਕਣ ਵਾਸਤੇ ਉਹਦੇ ਨਾਲ ਦੀ ਨਾਲ ਮਤਲਬ ਜਿਹੜੀ ਚੀਜ਼ ਹੈਗੀ ਆ ਕਿ ਅੰਮ੍ਰਿਤਪਾਲ ਜੀ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਜਿਹੜੀ ਜਿੰਨਾ ਵੀ ਉਹਨਾਂ ਦਾ ਪ੍ਰਬੰਧ ਹੈਗਾ ਵਾ ਆਪ ਤੇ ਚਲੋ ਨਹੀਂ ਪਤਾ ਲੱਗਦਾ ਇੱਕ মিডিਆ ਰਾਈ ਉਹਨਾਂ ਤੱਕ ਆਵਾਜ਼ ਪਹੁੰਚਾ ਰਹੇ ਆ ਕਿ ਜਦੋਂ ਵੀ ਕੋਈ ਗੱਲਬਾਤ ਹੀ ਸਿੱਧਾ ਤੇ ਮਿਲਣ ਦੀ ਦਿੱਤਾ ਨਹੀਂ ਜਾ ਰਿਹਾ ਉਹਨਾਂ ਨੂੰ ਤੇ ਜਿੱਦਾਂ ਸਰਪੰਚ ਸਾਹਿਬ ਨੇ ਦੱਸਿਆਗਾ ਕਿ ਆਣ ਕੇ ਕਮੇਟੀ ਨੂੰ ਜਾਂ ਪ੍ਰਬੰਧਕਾਂ ਨੂੰ ਮਿਲਣਾ ਜ਼ਰੂਰੀ ਆ। ਉਹਦੇ ਨਾਲ ਦੀ ਨਾਲ ਜਿਹੜੀਆਂ ਭਾਈ ਸਰਜੀ ਸਿੰਘ ਜੀ ਦੇ ਉੱਤੇ ਉਹਨਾਂ ਟਿੱਪਣੀ ਕੀਤੀ ਆ ਪਿੰਡ ਦੇ ਵਿੱਚ ਆ ਕੇ ਅਸੀਂ ਬੇਨਤੀ ਕਰਨਾ ਚਾਹੁੰਦੇ ਆ ਪਿੰਡ ਵੱਲੋਂ ਤੇ ਉਹਦਾ ਆਪਣੇ ਮਤ ਪੇਤੇ ਵਿਚਾਰੀ ਹੋ ਸਕਦੇ ਆ ਆਪੋ ਵਿਦੀ ਪਰ ਪ੍ਰਚਾਰ ਤੇ ਸਿੱਖੀ ਦਾ ਹੀ ਕਰ ਰਹੇ ਆ ਨਾ ਸਾਰੇ। ਆਪਾਂ ਨੂੰ ਜੇ ਸਿੱਖ ਕੌਮ ਨੂੰ ਅੱਗੇ ਵਧਾਉਣਾ ਵਾ ਤੇ ਇਹਦੇ ਨਾਲ ਦੀ ਨਾਲ ਜਿਹੜਾ ਹੈਗਾ ਕਿ ਆਪਾਂ ਨੂੰ ਇੱਕ ਦੂਜੇ ਦੀ ਟਿੱਪਣੀਆਂ ਜੜੀਆਂ ਵਾਂ ਉਹ ਬੰਦ ਕਰਨੀਆਂ ਚਾਹੀਦੀਆਂ ਵਾਂ। ਤੁਹਾਨੂੰ ਤੁਸੀਂ ਇੱਕ ਸਿੱਖ ਕੌਮ ਲਈ ਬਹੁਤ ਤਗੜੀ ਤੁਹਾਡੇ ਮੋਢਿਆਂ ਦੇ ਉੱਤੇ ਜ਼ਿੰਮੇਵਾਰੀ ਆ ਇੱਕ ਆਗੂ ਜੇ ਮੰਨਿਆ ਹੋਮ ਨੇ ਤੁਹਾਨੂੰ ਤੇ ਜੇ ਆਗੂ ਦੇ ਮੂੰਹ ਦੇ ਵਿੱਚੋਂ ਇੱਕ ਸਿੱਖ ਕੌਮ ਨੂੰ ਤੋੜਨ ਵਾਸਤੇ ਇਹੋ ਜਿਹੇ ਬੱਚਾ ਨਿਕਲਣ ਉਹ ਚੰਗੇ ਨਹੀਂ ਲੱਗਦੇ ਸ਼ੋਭਾ ਨਹੀਂ ਦਿੰਦੇ ਤੇ ਨਾਲ ਦੀ ਨਾਲ ਮੈਂ ਇੱਕ ਚੀਜ਼ ਹੋਰ ਕਹਿਣਾ ਚਾਹੁੰਦਾ ਕਿ ਸਾਨੂੰ ਵੀ ਇਹਦੇ ਵਿੱਚ ਗਮਰਾਹ ਕੀਤਾ ਗਿਆ ਸਾਡੇ ਐਸ்சிਪੀ ਚਾਰੀ ਦੇ ਵਿੱਚ ਬਾਬਾ ਜੀਵਨ ਸਿੰਘ ਗੁਰਦਾਰਾ ਸਾਹਿਬ ਦੇ ਵਿੱਚ ਤਿੰਨ ਆਰਾਂ ਸਾਨੂੰ ਸੁਣਾ ਕੇ ਜਿਵੇਂ ਵੀ ਅਮਰਪਾਲ ਸਿੰਘ ਜੀ ਆ ਰਹੇ ਆ ਗੁਰਦਾਰਾ ਸਾਹਿਬ ਜਿਹੜੀ ਕਮੇਟੀ ਸੀ ਸਾਡੇ ਪ੍ਰਬੰਧਕ ਹੀ ਉਹ ਸਾਰੇ ਉਹਨਾਂ ਦੀ ਅਡੀਕ ਦੇ ਵਿੱਚ ਖੜੇ ਰਹੇ ਤੇ ਪਰ ਸਾਡੇ ਨਾਲ ਜਿਹੜੀ ਉਹ ਟੀਚਰ ਕੀਤੀ ਗਈ ਆ ਕਿ ਤਿੰਨ ਵਾਰ ਸਨਾਹ ਭੇਜ ਕੇ ਸਾਡੇ ਗੁਰਦੁਆਰਾ ਸਾਹਿਬ ਨਹੀਂ ਪਹੁੰਚੀ ਤੇ ਅੱਗੇ ਤੋਂ ਭਾਈ ਅਮਨਪਾਲ ਸਿੰਘ ਜੀ ਨੂੰ ਬੇਨਤੀ ਆ ਕਿ ਤੁਸੀਂ ਇਹੋ ਜੀਆਂ ਚੀਜ਼ਾਂ ਜਿਹੜੇ ਤੁਹਾਡੇ ਸਿੰਘ ਗਾੜੀ ਤੁਹਾਡੇ ਤੱਕ ਜਾਂ ਸਨਾਹ ਨਹੀਂ ਪਹੁੰਚਾਉਂਦੇ ਜਾਂ ਗੱਲਬਾਤ ਨਹੀਂ ਕਰਦੇ ਤੁਸੀਂ ਗੱਲਬਾਤ ਹਰ ਇੱਕ ਦੀ ਸੁਣਿਆ ਕਰੋ ਕਿੰਨਾਂ ਰਾਹੀਂ ਵੀ ਤੁਹਾਨੂੰ ਮਿਲਣ ਲਈ ਗਏ ਆ ਸਾਡੇ ਦਾ ਵਾਸਤੇ ਤਾਂ ਤੁਹਾਨੂੰ ਅਸੀਂ ਦੇਖਦੇ ਰਹੇ ਆ ਤੁਸੀਂ ਮੱਲਾ ਜਿਹੜਿਆ ਮਿਲੇ ਨਹੀਂਗੇ ਅੱਗੇ ਮਿਲਣੀ ਦਿੱਤਾ ਗਿਆ ਤੁਹਾਨੂੰ ਤੇ ਬਾਅਦ ਵਿੱਚ ਡੀਕ ਰੱਖੀਆ ਸੰਗਤ ਨੇ ਬਹੁਤ ਪਰ ਤੁਸੀਂ ਗੁਰਦਾਰਾ ਸਾਹਿਬ ਨਹੀਂ ਆਏ ਇਹੋ ਜੀਆਂ ਚੀਜ਼ਾਂ ਦਾ ਜਿਹੜਾ ਵਾ ਉਹ ਜ਼ਰੂਰੀ ਨਾਲ ਦੀ ਨਾਲ ਜਿੱਥੇ ਵੀ ਪੜਾਅ ਕਰਦੇ ਜੇ ਨਾਲ ਦੀ ਨਾਲ ਖਿਆਲ ਰੱਖਿਆ ਜਾਵੇ ਨਾਲ ਦੀ ਨਾਲ ਆਪਣੀ ਸੰਗਤ ਜਿਹੜੀ ਤੁਹਾਡੇ ਨਾਲ ਤੁਰੀ ਆ ਉਹਨਾਂ ਨੇ ਵੀ ਵਿਚਾਰ ਕੀਤਾ ਜਾਵੇ ਕਿ ਪਿੱਛੇ ਕਿਹੜੀਆਂ ਗਲਤੀਆਂ ਹੋ ਗਈਆਂ ਵਾ ਜਦੋਂ ਕਮੇਟੀ ਕੋ ਤੁਸੀਂ ਜਾ ਰਹੇ ਜੇ ਨਾਲ ਪੁੱਛੋ ਵੀ ਤੁਹਾਡੇ ਪੜਾਅ ਕੀਤਾ ਵਾ ਤੁਹਾਡੇ ਇੱਕ ਦਿਨ ਦਾ ਜਾਂ ਦੋ ਦਿਨ ਦਾ ਸਾਡੀ ਸੰਗਤ ਵੱਲੋਂ ਜਾਂ ਕਹੇ ਪ੍ਰਬੰਧਕਾਂ ਲੋ ਜੇ ਵਿੱਚ ਕਿਸ ਨੂੰ ਕੋਈ ਮਾਨੂੰ ਸੇਸ਼ਤ ਨਹੀਂ ਪਹੁੰਚੀ ਉਹਨਾਂ ਦੀ ਵੀ ਗੱਲਬਾਤ ਸੁਣੀ ਜਾਵੇ ਜਿੰਨੇ ਵੀ ਪ੍ਰਬੰਧਕ ਜਨ ਜਿਨ੍ਹਾਂ ਨੇ ਸੇਵਾ ਕੀਤੀ ਆ ਇੰਨੀਆਂ ਬੇਨਤੀਆਂ ਕਿੰਨੀਆਂ ਠਮਾਂ ਦਾ ਜਾਚ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਨਰਵੈਲ ਸਿੰਘ ਪਿੰਡ ਧੁੰਦਾ ਦਾ ਰਹਿਣ ਵਾਲਾ ਹਾਂ ਤੇ ਪਿਛਲੇ ਦਿਨੀ ਸਾਡੇ ਪਿੰਡ ਭਾਈ ਅਮਰਤਪਾਲ ਸਿੰਘ ਆਏ ਜਿਨ੍ਹਾਂ ਨੇ ਪਹਿਲੇ ਦੇਣੀ ਬੋਲ ਕੇ ਕਹਿ ਦਿੰਦਾ ਵੀ ਪਿੰਡ ਧੁੰਦਾ ਦੇ ਜਿਹੜਾ ਧੁੰਦਾ ਸਾਹਿਬ ਦੇ ਵਿਰੁੱਧ ਜਿਹੜਾ ਉਹਨਾਂ ਬਜਨ ਬਲਾਸ ਕੀਤੇ ਤੇ ਅਸੀਂ ਉਹਦੀ ਨਖੇਦੀ ਕਰਦੇ ਆਂ ਬਾਕੀ ਜਿਹੜੀ ਗੱਲ ਰਹੀ ਧੁੰਦਾ ਸਾਹਿਬ ਸਿੱਖ ਰਹਿਤ ਮਰਜਾਦਾ ਦੇ ਅਨਸਾਰ ਚੱਲਦੇ ਆ ਉਹ ਸਾਰੀਆਂ ਗੱਲਾਂ ਸਿੱਖ ਰਹਿਤ ਮਰਜਾਦਾ ਜੇ ਲਿਖੀਆਂ ਜਿਹੜੀਆਂ ਇਹਨੇ ਉਲਟ ਦਸੀਆਂ ਤੇ ਸਿੱਖ ਰਹਿਤ ਮਰਜਾਦਾ ਦੇ ਵਿੱਚ ਆਪਾਂ ਜਿਹੜਾ ਵੀ ਮੁਰਦੇ ਨੂੰ ਕਿ ਤਰ੍ਹਾਂ ਸਾਰਾ ਕੁਝ ਜੋ ਵੀ ਆ ਆਪਾਂ ਕਹਿੰਨੇ ਆ ਉਹ ਲਿਖਿਆ ਉਸ ਲੋਕਾਂ ਨੂੰ ਸੇਰ ਦਿੰਦਾ ਵਾ ਤੇ ਜਿਹੜਾ ਆਪਾਂ ਕੰਮ ਕਰਦੇ ਆ ਆਪਾਂ ਗੜੜ ਪ੍ਰਾਣ ਦੇ ਹਿਸਾਬ ਦੇ ਨਾਲ ਕਰਨਦੇ ਆ ਤੇ ਕੀ ਗੱਲ ਆਪਾਂ ਮੱਥਾ ਟੇਕ ਲਈ ਗੁਰੂ ਗ੍ਰੰਥ ਸਾਹਿਬ ਰੱਖਿਆ ਵਾ ਤੇ ਮੰਨਣੀ ਆਪਾਂ ਗੜੜ ਪ੍ਰਾਣ ਦੀ ਆ ਉਹ ਤੁੰਦਾ ਸਾਹਿਬ ਬਹੁਤ ਵਧੀਆ ਪ੍ਰਚਾਰ ਕਰਦੇ ਆ 2003 ਦਾ ਹੀ ਸਰਕਲ ਖੋਲ੍ਹਿਆ ਤੇ ਸਾਡੇ ਪਿੰਡ ਦੇ ਵਿੱਚ ਨਰੋਲ ਗੁਰਮਤਿ ਦਾ ਪ੍ਰਚਾਰ ਹੋ ਰਿਹਾ ਕੋਈ ਇਹਦੇ ਵਿੱਚ ਸਾਡੇ ਪਿੰਡ ਦੇ ਵਿੱਚ ਕੋਈ ਮਨਮਤੀ ਬੰਦਾ ਕੋਈ ਇੱਕ ਅੱਧਾ ਭਾਵੇਂ ਹੋਵੇ ਲੁਗਿਆ ਸੇ ਭਾ ਕੋਈ ਨਹੀਂ ਹੈਗਾ ਅਸੀਂ 2003 ਤੋਂ ਬਹੁਤ ਪਿੰਡ ਨੂੰ ਸੰਭਾਲ ਕੇ ਰੱਖਣ ਡੇ ਹਾਂ ਹਰ ਇੱਕ ਪਾਸੇ ਕੋਈ ਪਾਰਟੀ ਦਾ ਬੰਦਾ ਕੋਈ ਉਹ ਜਾਈ ਨਹੀਂ ਸਾਡੇ ਪਿੰਡ 'ਚ ਹੈਗਾ ਤੇ ਬਾਕੀ ਨਸ਼ੇ ਤੇ ਵੀ ਹੀ ਫੁੱਲ ਕੰਮ ਕੀਤਾ ਲੋਕਾਂ ਨੂੰ ਲੋਕਾਂ ਨੂੰ ਪਤਾ ਵੀ ਆ ਵੀ ਜੇ ਅਸੀਂ ਕਰਾਂਗੇ ਤੇ ਇਹਨਾਂ ਫੜਾ ਦੇਣਾ ਵਾ ਤੇ ਜੇ ਨਸ਼ਾ ਸਾਡੇ ਪਿੰਡ ਵਿਗਦਾ ਹੁੰਦਾ ਤੇ ਇਹਦੇ ਬੰਦੇ ਕੀ ਗੱਲ ਗੋਂਦ ਵਾਲਾ ਨਸ਼ਾ ਲੈ ਕੇ ਆਉਂਦੇ ਇਹਦੇ ਜਦੋਂ ਬੰਦੇ ਨਸ਼ਾ ਲਾਉਂਦੇ ਫੜੇ ਗਏ ਤੇ ਉਹਨਾਂ ਕਹ ਆ ਵੀ ਨਸ਼ਾ ਕਿੱਥੋਂ ਲਿਆਂਦਾ ਉਹਨਾਂ ਕਹ ਅਸੀਂ ਗੋਂਦ ਵਾਲੋ ਲਿਆਂਦਾ ਤੇ ਕੀ ਗੱਲ ਧੁੰਦੇ ਵਿੱਚ ਨਹੀਂ ਦੇ ਧੁੰਦੇ ਜੋ ਨਸ਼ਾ ਨਾ ਮਿਲਦਾ ਤੇ ਬੰਦਿਆਂ ਨੂੰ ਇਹ ਸਾਰਾ ਕੁਝ ਗੱਲਾਂ ਗਲਤਮ ਕੀਤੀਆਂ ਨਾ ਇਹ 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 ਚਾਹੀਦੀਆਂ ਨਹੀਂ ਸੀਗੀਆਂ ਤੇ ਪਰ ਅਸੀਂ ਇਹਦਾ ਕਹਿੰਦੇ ਆ ਵੀ ਧੁੰਦਾ ਸਾਹਿਬ ਬਹੁਤ ਵਧੀਆ ਸਾਡੇ ਪਿੰਡ ਦੇ ਪ੍ਰਚਾਰਕ ਵਾ ਸਾਡੇ ਪਿੰਡ ਦੀ ਸ਼ਾਨ ਵਾ ਵਰਲਡ ਦੇ ਵਿੱਚ ਨਾਂ ਪਚਾਇਆ ਵਾ ਗੁਰਮਤਿ ਅਨਸਾਰ ਚੱਲਦੇ ਆ ਤੇ ਸਿੱਖੀ ਦਾ ਹੀ ਪ੍ਰਚਾਰ ਕਰਦੇ ਆ ਕੋਈ ਇਹੋ ਜਿਹਾ ਨਹੀਂ ਆ ਵੀ ਸਾਡੇ ਪਿੰਡ ਦੇ ਵਿੱਚ ਕੋਈ ਕੰਮ ਨਾਲੇ ਨਤਨੇਮੀ ਆ ਇਹ ਨਹੀਂ 12 ਵਜੇ ਉੱਠ ਗਏ ਤੇ 9 ਵਜੇ ਸਪੀਕਰ 'ਚ ਬੁਲਾਤਾ ਦੇ ਬਾਬਾ ਜੀ ਜੈ ਨਾਉਣ ਲੱਗੇ ਆ ਠੀਕ ਆ ਨਾ ਨਤਨੇਮੀ ਆ ਤੁੰਦਾ ਸਾਹਿਬ ਜੇ ਕਹੀਂ ਕਹਿੰਦੇ ਆ ਤਾਂ ਕਥਨੀ ਤੇ ਵੀ ਪੂਰੇ ਆ ਤੇ ਸਾਡੇ ਪਿੰਡ ਦੇ ਵਿੱਚ ਜਿਹੜਾ ੱਤਬਾ ਲਾ ਗਿਆ ਵਾ ਅਮਰਤਪਾਲ ਸਿੰਘ ਆ ਨਰੰਗਕਾਰੀਆਂ ਇੰਨਾਂ ਦਾ ਦੂਜਿਆਂ ਦਾ ਆਪਣੇ ਆ ਕੀ ਜਸ ਜਸੂ ਮਸੀਹ ਵਾਲਿਆਂ ਪਾ ਵਾਲਿਆਂ ਦਾ ਸਾਡੇ ਪਿੰਡ ਇੱਕ ਵੀ ਦਿਖਾਵੇ ਵੀ ਕਿਹੜਾ ਸਾਡੇ ਪਿੰਡ ਦੇ ਵਿੱਚ ਆ ਨਸ਼ੇ ਦਾ ਧੱਬਾ ਲਾ ਗਿਆ ਫਿਰ ਸਾਈਆਂ ਦਾ ਧੱਬਾ ਲਾ ਗਿਆ ਕੋਈ ਇਹੋ ਜੀ ਚੀਜ਼ ਨਹੀਂ ਹੈਗੀ ਤੇ ਸੰਗਤ ਨੂੰ ਸੁਚੇਤ ਹੋਣਾ ਚਾਹੀਦਾ ਵਾ ਸਾਡੇ ਪਿੰਡ ਦੇ ਵਿੱਚ ਕੋਈ ਇਹੋ ਜੀ ਗੱਲ ਨਹੀਂ ਹੈਗੀ ਅਸੀਂ 2003 ਤੋਂ ਬਹੁਤ ਵਧੀਆ ਕੰਮ ਕਰ ਰਹੇ ਆ ਤੇ ਪਿੰਡ ਦੇ ਵਿੱਚ ਪ੍ਰਚਾਰ ਵੀ ਧੁੰਦਾ ਸਾਫ ਕਰਦੇ ਆ ਵਰਲਡ ਦੇ ਵਿੱਚ ਮਸ਼ਹੂਰ ਆ ਸਾਡੇ ਪਿੰਡ ਦੀ ਸਾਨਵਾ ਇਹਨਾਂ ਨੂੰ ਬੋਲਦਾ ਆ ਮੈਂ ਖੇਮਾਂ ਦਾ ਇਜਾਜ਼ਤ